ਸਿੱਧੂ ਮੂਸੇਵਾਲਾ ਤੇ ਸਿੱਪੀ ਗੱਲ ਦੇ ਬਾਰੇ ਵੀ ਆਪਾਂ ਜਾਣਦੇ ਹਾਂ ਕਿ ਕੰਟਰੋਵਰਸੀ ਬਹੁਤ ਜ਼ਿਆਦਾ ਚੱਲੀ ਸੀ ਇਹਨਾਂ ਦੀ, ਪਰ ਇਸ ਕੰਟਰੋਵਰਸੀ ਤੋਂ ਪਹਿਲਾਂ ਇਹਨਾਂ ਦਾ ਇੱਕ ਇਕੱਠਿਆਂ ਦਾ ਗਾਣਾ ਵੀ ਆਇਆ ਸੀ। ਸਿੱਧੂ ਮੂਸੇਵਾਲਾ ਬਾਈ ਨੇ ਲਿਖਿਆ ਸੀ ਗੋਡਫਾਦਰ ਗਾਣਾ ਤੇ ਸਿੱਪੀ ਗਿੱਲ ਨੇ ਆਪਣੀ ਆਵਾਜ਼ ਦੇ ਵਿੱਚ ਗਾਇਆ ਸੀ, ਪਰ ਇਸ ਤੋਂ ਬਾਅਦ ਹੀ ਸਿੱਪੀ ਗਿੱਲ ਨੇ ਸਿੱਧੂ ਮੂਸੇਵਾਲਾ ਬਾਈ ਦੇ ਖਿਲਾਫ ਬੋਲਣਾ ਸ਼ੁਰੂ ਕਰਤਾ ਸੀ। ਹੁਣ ਇੱਥੇ ਸਿੱਪੀ ਗਿੱਲ ਦਾ ਕਹਿਣਾ ਇਹ ਸੀ ਕਿ ਸਿੱਧੂ ਮੂਸੇਵਾਲਾ ਆਪਣੇ ਗਾਣਿਆਂ ਦੇ ਵਿੱਚ ਗਾਲਾਂ ਕੱਢਦਾ ਹੈ ਤੇ ਕੁਝ ਕੁ ਵਰਡ ਨੇ ਜਿਹਦੇ ਤੋਂ ਸਿੱਪੀ ਗਿੱਲ ਨੂੰ ਪ੍ਰੋਬਲਮ ਸੀ ਕਿ ਇਹ ਵਰਡ ਗਾਣਿਆਂ ਦੇ ਵਿੱਚ ਨਹੀਂ ਆਉਣੇ ਚਾਹੀਦੇ ਕਿਉਂਕਿ ਧੀਆਂ ਭੈਣਾਂ ਗਾਣੇ ਸੁਣਦੀਆਂ ਨੇ, ਤੇ ਜਦੋਂ ਕੋਈ ਕਲਾਕਾਰ ਸਟੇਜ ਤੇ ਗਾਉਂਦਾ ਤਾਂ ਸਾਹਮਣੇ ਲੇਡੀਜ਼ ਵੀ ਬੈਠੀਆਂ ਹੁੰਦੀਆਂ ਨੇ ਤੇ ਉਹਨਾਂ ਦੇ ਸਾਹਮਣੇ ਇਦਾਂ ਦੇ ਵਰਡ ਬੋਲਣੇ ਸ਼ੋਭਾ ਨਹੀਂ ਦਿੰਦੇ। ਸਿੱਪੀ ਗਿੱਲ ਨੇ ਇੱਕ ਪਾਰਟਿਕੂਲਰ ਵਰਡ ਦਾ ਨਾਮ ਵੀ ਲਿਆ ਸੀ ਕਿ ਸਿੱਧੂ ਮੂਸੇਵਾਲਾ ਨੂੰ ਸਾਲਾ ਵਰਡ ਨਹੀਂ ਬੋਲਣਾ ਚਾਹੀਦਾ ਆਪਣੇ ਗਾਣੇ ਦੇ ਵਿੱਚ, ਪਰ ਜੇ ਆਪਾਂ ਸਿੱਪੀ ਗਿੱਲ ਦੇ ਗਾਣੇ ਦੇਖਦੇ ਹਾਂ ਤਾਂ ਸਿੱਪੀ ਗਿੱਲ ਨੇ ਖੁਦ ਇਸ ਵਰਡ ਨੂੰ ਬੋਲਿਆ ਆਪਣੇ ਗਾਣੇ ਦੇ ਵਿੱਚ। ਕਰ ਲੱਗ ਗਿਆ ਕਿ ਸਾਲਾ ਇੱਕ ਕਲਨ ਵਰਡ ਕੀ ਪੱਟ ਲਿਆ, ਇਹੋ ਜਿਹੇ ਕਲਚਰ ਚ ਮੈਂ ਪਲਿਆ ਨਹੀਂਗਾ। ਪਰ ਜਰਾ ਤੁਸੀਂ ਸਿੱਪੀ ਗਿੱਲ ਦੀ ਇਹ ਲਾਈਨ ਨੂੰ ਸੁਣੋ, ਹੁਣ ਜੇ ਤੂੰ ਸਾਲੇ ਦੀ ਗੱਲ ਕਰਦਾ ਇਸ ਤੋਂ ਬਾਅਦ ਸਿੱਧੂ ਮੂਸੇਵਾਲਾ ਬਾਈ ਦੇ ਜਾਣ ਤੋਂ ਬਾਅਦ ਸਿੱਪੀ ਗਿੱਲ ਨੇ ਇੱਕ ਸਟੇਜ ਤੇ ਪਰਫਾਰਮ ਕਰਨਾ ਸੀ। ਉਸ ਤੋਂ ਪਹਿਲਾਂ ਸਿੱਪੀ ਗਿੱਲ ਨੇ ਸਿੱਧੂ ਮੂਸੇਵਾਲਾ ਦੇ ਲਈ ਇੱਕ ਵੀਡੀਓ ਬਣਾਈ ਜਿਸ ਵਿੱਚ ਸਿੱਪੀ ਗਿੱਲ ਨੇ ਕਿਹਾ ਕਿ ਇਸ ਸਟੇਜ ਤੇ ਪਹਿਲੀ ਵਾਰੀ ਸਿੱਧੂ ਮੂਸੇਵਾਲਾ ਨੇ ਪਰਫਾਰਮ ਕੀਤਾ ਸੀ ਜਿਸ ਤੇ ਕੱਲ ਨੂੰ ਮੈਂ ਪਰਫਾਰਮ ਕਰਨ ਜਾ ਰਿਹਾ, ਈਵੈਂਟ ਹੁਣ ਜਾ ਰਿਹਾ ਜਿਹਦੇ 'ਚ ਮੈਂ ਪਰਫਾਰਮ ਕਰਨਾ। ਕੀ ਇਹ ਉਹ ਸਟੇਜ ਆ ਜਿੱਥੇ ਸ਼ੁਭਦੀਪ ਨੇ ਪਹਿਲੀ ਵਾਰੀ ਗਾਇਆ ਸੀਗਾ? ਸ਼ੁਭਦੀਪ ਨੂੰ ਡੈਡੀਕੇਟ ਕਰਦਾ। ਇਸ ਤੋਂ ਬਾਅਦ ਸਿੱਧੂ ਬਾਈ ਦੀ ਫੈਮਿਲੀ ਵੱਲੋਂ ਇਹ ਅਨਾਊਂਸਮੈਂਟ ਕੀਤੀ ਗਈ ਸੀ ਕਿ ਸਿੱਧੂ ਮੂਸੇਵਾਲਾ ਦਾ ਨਾਮ ਯੂਜ਼ ਨਾ ਕਰੋ ਤੁਸੀਂ ਕਿਤੇ ਵੀ ਆਪਣੇ ਲਾਈਵ ਸ਼ੋਅ ਦੇ ਦੌਰਾਨ।